ਗਿੱਲ ਸਾਹਿਬ ਦੀ ਫਰਮਾਇਸ਼ ਤੇ ਉਹਨਾਂ ਦੇ ਪਿੰਡ ਕਿਲਾ ਮੱਝਾ ਸਿੰਘ ਜਿਹੜਾ ਕਿ ਤਹਿਸੀਲ ਨੌਸ਼ਹਿਰਾ ਵਿਰਕਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਆਉਂਦਾ ਉੱਥੇ ਆਏ ਹਾਂ ਅਤੇ ਇਹ ਜਿਹੜੇ ਬਜ਼ੁਰਗ ਸਾਡੇ ਕੋਲ ਬੈਠੇ ਨੇ ਇਹ ਉਹਨਾਂ ਦੇ ਬਜ਼ੁਰਗਾਂ ਦੇ ਦੋਸਤ ਸਨ ਇਹ ਉਹਨਾਂ ਦੇ ਬਾਰੇ ਸਾਰਾ ਕੁਝ ਜਾਣਦੇ ਨੇ ਅਤੇ ਸੋਚਿਆ ਉਹਨਾਂ ਨਾਲ ਨਾਲੇ ਤੁਹਾਨੂੰ ਮਿਲਾ ਦਈਏ ਅਤੇ ਨਾਲੇ ਤੇਰਾ ਗੱਲਾਂ ਬਾਤਾਂ ਸੁਣ ਲਓ ਥੋੜ੍ਹੀਆਂ। ਇਹਨਾਂ ਦਾ ਨਾਂ ਫਕੀਰ ਹੁਸੈਨ ਵਲਦੀਨ ਮੁਹੰਮਦ ਅਤੇ ਕੌਮ ਦੇ ਅਨਸਾਰੀ ਨੇ ਅਤੇ ਇੱਥੋਂ ਦੇ ਵਸਨੀਕ ਨੇ ਅਤੇ ਇਹ ਸਾਰੇ ਜਿਹੜੇ ਇੱਥੋਂ ਸਰਾਫ ਫੈਮਲੀ ਗਿੱਲ ਫੈਮਲੀ ਜਾਂ ਸ਼ੰਗਾਰਾ ਇਹ ਉਹਨਾਂ ਨੂੰ ਜ਼ਿਆਦਾ ਬਿਹਤਰ ਜਾਣਦੇ ਨੇ ਕਿਉਂਕਿ ਇਹ ਸ਼ੁਰੂ ਤੋਂ ਇੱਥੇ ਹੀ ਰਹਿਣ ਵਾਲੇ ਨੇ ਅਤੇ ਹੁਣ ਇਹਨਾਂ ਕੋਲੋਂ ਉਹਨਾਂ ਦੀ ਪਿਛਲੀ ਹਿਸਟਰੀ ਦੇ ਬਾਰੇ 'ਚ ਪੁੱਛਦੇ ਹਾਂ। ਅੱਛਾ ਇਹ ਦੱਸੋ ਸਾਡੇ ਪਿੰਡ 'ਚ ਕਿਹੜੇ ਕਿਹੜੇ ਸਿੱਖਾਂ ਦੇ ਘਰ ਸਨ? ਸਿੱਖਾਂ ਦੇ ਘਰ ਉਹ ਸਰਾਵਾਂ ਦਾ ਸੀ ਉੱਧਰ ਦੱਖਣ ਨੀਚੇ ਲਾਂਦੇ ਦੀ ਕੋਠ 'ਤੇ ਅਤੇ ਬਾਕੀ ਉਹ ਗਿੱਲ ਸਨ ਉੱਧਰ ਚੜ੍ਹਦੇ ਘਰ ਸੀ ਅਤੇ ਆਹ ਕਿਹੜਾ ਆਹ ਲਾਂਦਾ ਖੂਹ ਹੈ ਇਹਨਾਂ ਗਿੱਲਾਂ ਦੇ ਘਰ ਸਨ ਇੱਥੇ ਆ ਥੋੜ੍ਹਾ ਜਿਹਾ ਪਿੰਡ ਦੇ ਵਿੱਚ ਅਤੇ ਕਿਹੜੇ ਲੰਬਰ ਸਨ ਉਹ ਵੀ ਫਿਰ ਗਿੱਲ ਹੀ ਸਨ ਉਹਨਾਂ ਦਾ ਨਹੀਂ ਮੈਨੂੰ ਪਤਾ ਉਹਨਾਂ ਦਾ ਉਹ ਨਵਾਂ ਖੂਹ ਸੀ ਇਸਾਂ ਕਰਕੇ ਆ ਤਰਾ ਚਾਰ ਘਰ ਸਨ ਮੋਟੇ ਲੰਬੜ ਗਿੱਲ ਉਹ ਚੜ੍ਹਦੇ ਪਾਸੇ ਆ ਗਏ। ਕੋਈ ਕਮੀਆਂ ਦੇ ਘਰ ਵੀ ਹੈ ਸਨ ਕਮੀਆਂ ਦੇ ਘਰ ਚਲੋ। ਅੱਛਾ ਬਜ਼ੁਰਗੋ ਇਹ ਜਿਹੜੇ ਗਿੱਲ ਫੈਮਿਲੀ ਸੀ ਇਹਨਾਂ ਦੀਆਂ ਪੈਲੀਆਂ ਕਿਹੜੀ ਸਾਈਡ ਵੱਲ ਸਨ ਖੂਹ ਇਹਨਾਂ ਦੀ ਕਿਹੜੀ ਸਾਈਡ ਵੱਲ ਸਨ? ਕੁਛ ਚੜ੍ਹਦੇ ਸਨ ਜਿਹੜੇ ਗਿੱਲ ਉਹ ਪੱਕੇ ਕੋਠੇ ਵਾਲੇ ਪਰ ਆਹ ਕਿਹੜੇ ਇਸ ਕੋਠੇ ਵਾਲੇ ਹਨ ਇਹਨਾਂ ਦਾ ਇੱਧਰ ਸੀ ਆ ਰਸਬਾ ਬਹੁਤ ਆਹ ਪਹਾੜ ਪਾਸੇ ਅਤੇ ਬਾਕੀ ਉਦੋਂ ਰਿਸ਼ਤਾ ਮਾਲਣੀ ਸੀ ਨਾ ਵੰਡਵੀਂ ਵੰਡਵੀਂ ਹੋਏ ਸੀ ਨਾ ਕੋਈ ਇਹਨੇ ਵੀ ਇੱਕੋ ਥਾਂ ਫਲਾਣੇ ਦਾ ਰਕਬਾ ਸੀ ਗੁਰਦੁਆਰੇ ਬਾਰੇ ਚ ਵੀ ਜਾਣਦੇ ਹੋ? ਗੁਰਦੁਆਰੇ ਸੀ ਮਸਜਿਦ ਦੇ ਨਾਲ ਚੜ੍ਹਦੇ ਕਿੱਥੇ ਆ ਸਾਡੇ ਸੋਝੇ ਤੋਂ ਪਹਿਲਾਂ ਆਇਆ ਸੀ ਫਿਰ ਉੱਧਰ ਇੱਕ ਸੀ ਉਹ ਫਿਰ ਆਵਾਜ਼ ਰਹੀ ਫਿਰ ਇਹ ਵੀ ਆਵਾਜ਼ ਅੱਲਾ ਨੇ ਇਹਨੂੰ ਵੀ ਕਰ ਦਿੱਤਾ। ਵੈਸੇ ਜਿਹੜੇ ਸਿੱਖ ਇੱਥੇ ਸਨ ਕਿਵੇਂ ਦੇ ਜੀ ਸਨ ਉਹਨਾਂ ਦਾ ਬੋਲਚਾਲ ਕੈਸਾ ਸੀ ਕਿਵੇਂ ਦਾ ਜੀਆਂ ਦੇ ਨਾਲ ਵਰਤਾਓ ਕਰਦੇ? ਠੀਕ ਠਾਕ ਸਨ ਸਿੱਖ ਬੜਾ ਉਦੋਂ ਤਾਂ ਅੱਛੇ ਬੰਦੇ ਅਗਲਾ ਭੋਜ ਦਾ ਪਤਾ ਨਹੀਂ। ਅੱਛਾ ਪਿਛਲਾ ਭੋਜ ਤਾਂ ਕਿਹੜਾ ਸੀ ਉਹ ਤਾਂ ਮੇਰੇ ਬੜਾ ਸਲੂਕ ਮੁਸਲਮਾਨਾਂ ਨਾਲ ਕਰਦੇ ਸਨ ਕੋਈ ਲਿਆਸ ਨਹੀਂ ਮੈਂ ਕੋਈ ਲੈਣਾ ਨਹੀਂ। ਸਹੀ ਹੈ ਅਗਲਾ ਭੋਜ ਅੱਗੋਂ ਪੁੱਠਿਆਂ ਵਾਲਾਂ ਲਿਆਉਂਦੇ ਹਨ ਪਰ ਕੋਈ ਸਿੱਖੀ ਭੋਜਦੀ ਬਾਕੀ ਇੱਥੇ ਐਡੇ ਸਿੱਖ ਨਾ ਕੁਪੱਤੇ ਨਹੀਂ ਸਨ ਨਾ ਚੋਰ ਸਨ ਉਹ ਤੁਹਾਨੂੰ ਦੱਸਿਆ ਵੀ ਕਿਹੜੇ ਮੌਲਵੀਆਂ ਦੇ ਕੋਠਿਆਂ ਵਾਲੇ ਸਨ ਗੱਲਾਂ ਹੀ ਸੁਣੀਆਂ ਨੇ ਹੋਰ ਐਡੇ ਵੇਖਿਆ ਨਹੀਂ ਮੈਂ ਉਹਨਾਂ ਨੂੰ ਆਹ ਜਿਹੜੇ ਕਣਕ ਕਰਾਰ ਮਹਿੰਗੀ ਹੋਈ ਇੱਥੇ ਦਾ ਵਪਾਰੀ ਸੀ ਘੁਮਿਆਰ ਰਸਤੇ ਦਾ ਉਹ ਲੈਣ ਆਇਆ ਅਤੇ ਉਹ ਚਾਚਾ ਪੁੱਤਰੀਆ ਹਨ ਜੀਆਂ ਲੋਕ ਕਮਜ਼ੋਰ ਸਨ ਫਿਜ਼ੀਕਲ ਉਹ ਆਉਂਦੇ ਨੇ ਬਹੁਤ ਸਾਰਿਆਂ ਨਾਲ ਸੁੱਖ ਹਨ ਪਿੰਡ ਅਤੇ ਉਹ ਆਉਂਦੇ ਨੇ ਪਤਰੀਏ ਨੂੰ ਕਣਕ ਦਾ ਕਾਲ ਪੈ ਗਿਆ ਆਉਂਦੇ ਨੇ ਦੂਰ ਟੋਪਾ ਰੁਪਈਏ ਦਾ ਨਾ ਉਦੋਂ ਤਰੱਕੀ ਦਾ ਆਉਂਦੇ ਨੇ ਟੋਲ ਕੋਈ ਸੀ ਸਹੀ ਟੋਪਿਆਂ ਦੀ ਉਦੋਂ ਮਿੰਤਰ ਸੀ ਟੋਪਿਆਂ ਟੋਪਿਆਂ ਨਾਲ ਗੋਲ ਟੁੱਪੇ ਜੇ ਕਰਨਾ ਆਉਂਦੇ ਨੇ ਉਹ ਫਿਰ ਨਾ ਉਹਨੂੰ ਘੁਮਿਆਰ ਨੂੰ ਆਖਣ ਗਿਆ ਹਨ ਦੇਣੀ ਇਕੱਠੀ ਸਹੀ ਕਿਸੇ ਨੂੰ ਮਾੜੇ ਦੁਬੜੇ ਲੋੜ ਪੈ ਰਹੇ ਉਹ ਆਖਣ ਲੱਗਾ ਪਤਰੀਏ ਨੂੰ ਉਹਦਾ ਕਿਹੜਾ ਚਾਚਾ ਸੀ ਦੜੋਪੇ ਤੋਂ ਘੱਟ ਨਾ ਕਿਸੇ ਨੂੰ ਦੇ ਰੁਪਈਏ। ਅੱਛਾ ਉਹ ਇੰਨੇ ਨਾ ਖੈਰ ਖੁਆ ਸਾਨੂੰ ਆਉਂਦੇ ਨੇ ਯਾਨੀ ਕਿ ਬੜੇ ਅੱਛੇ ਲੋਕ ਸਨ ਮਾੜੇ ਚੰਗੇ ਸਹੀ ਹੋ।